ਰਿਸ਼ਤਿਆਂ 'ਚ ਇੱਕ ਰਿਸ਼ਤਾ ਭਰਾ ਭਰਾ ਦਾ, ਜਿਹੜਾ ਬਹੁਤ ਹੀ ਜ਼ਿਆਦਾ ਪਵਿੱਤਰ, ਨਜ਼ਦੀਕੀ ਅਤੇ ਪਿਆਰ ਮੁਹੱਬਤ ਦਾ ਰਿਸ਼ਤਾ ਮੰਨਿਆ ਜਾਂਦਾ। ਭਾਵੇਂ ਇਸ ਰਿਸ਼ਤੇ ਦੇ ਵਿੱਚ ਥੋੜ੍ਹੀ ਕੜੱਤਣ ਹੁੰਦੀ ਹੈ, ਪਰ ਇਸ ਦੇ ਬਾਵਜੂਦ ਇਹ ਰਿਸ਼ਤਾ ਬੜਾ ਹੀ ਲਾਭਦਾਇਕ, ਬੜਾ ਹੀ ਭਰੋਸੇਮੰਦ ਅਤੇ ਬਹੁਤ ਹੀ ਕਰੀਬੀ ਰਿਸ਼ਤਾ ਹੁੰਦਾ। ਪਰ ਫਿਰ ਕੀ ਹੋਵੇ ਜੇ ਇਸ ਅਟੁੱਟ ਰਿਸ਼ਤੇ ਦੇ ਵਿੱਚ ਸੰਨ ਲੱਗ ਜਾਵੇ, ਔਰ ਸੰਨ ਲਾਉਣ ਵਾਲਾ ਜਾਂ ਕਹੀਏ ਲਾਉਣ ਵਾਲੀ ਕੋਈ ਜਨਾਨੀ, ਕੋਈ ਕੁੜੀ, ਕੋਈ ਔਰਤ ਹੋਵੇ। ਫਾਜ਼ਿਲਕਾ ਦੇ ਵਿੱਚ ਇਸੇ ਤਰ੍ਹਾਂ ਇੱਕ ਵਾਰਦਾਤ ਵਾਪਰੀ ਹੈ। ਦੋ ਸਗੇ ਭਰਾ ਇੱਕੋ ਕੁੜੀ ਨੂੰ ਪਿਆਰ ਕਰ ਬੈਠੇ, ਔਰ ਛੋਟੇ ਭਰਾ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਵੱਡਾ ਭਰਾ ਵੀ ਉਸੇ ਕੁੜੀ ਦੇ ਨਾਲ ਇਸ਼ਕ ਕਰਦਾ, ਤੇ ਉਸ ਦੇ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਨੂੰ ਮਾਰ ਦਿੱਤਾ। ਹੁਣ ਗੱਲਾਂ ਇਹ ਵੀ ਕਹੀਆਂ ਜਾ ਰਹੀਆਂ ਕਿ ਵੱਡਾ ਭਰਾ ਨਸ਼ੇ ਕਰ ਰਿਹਾ ਸੀ, ਵੱਡਾ ਭਰਾ ਸ਼ਰਾਬ ਦੇ ਨਸ਼ੇ 'ਚ ਸੀ। ਦੋਵਾਂ ਭਰਾਵਾਂ ਦੀ ਜਿਹੜੀ ਭੈਣ ਹੈ ਉਹ ਖੁਲਾਸਾ ਕਰਦੀ ਪਈ ਹੈ ਕਿ ਵੱਡਾ ਭਰਾ ਕਾਫੀ ਦੇਰ ਤੋਂ, ਕਾਫੀ ਦਿਨਾਂ ਤੋਂ ਇਨਫੈਕਟ ਸ਼ਰਾਬ ਪੀ ਰਿਹਾ ਸੀ, ਔਰ ਇਸੇ ਕਾਰਨ ਛੋਟੇ ਭਰਾ ਨੇ ਤੈਸ਼ 'ਚ ਆ ਕੇ ਇਹ ਕਦਮ ਚੁੱਕ ਲਿਆ। ਪਰ ਦੂਜੇ ਪਾਸੇ ਜੋ ਕਹਾਣੀ ਅਨਫੋਲਡ ਹੋ ਰਹੀ ਹੈ, ਜਿੱਥੇ ਇਸ ਕੁੜੀ ਨੇ ਯਾਨੀ ਕਿ ਇਹਨਾਂ ਭਰਾਵਾਂ ਦੀ ਭੈਣ ਨੇ ਵੀ ਇਹ ਗੱਲ ਕਹੀ ਕਿ ਮਸਲਾ ਇੱਕ ਕੁੜੀ ਦਾ ਆ, ਜਿਹਨੂੰ ਉਹਦਾ ਛੋਟਾ ਭਰਾ ਵੀ ਪਸੰਦ ਕਰਦਾ ਸੀ ਤੇ ਵੱਡਾ ਭਰਾ ਵੀ ਪਸੰਦ ਕਰਦਾ ਸੀ, ਪਰ ਜਦੋਂ ਪਤਾ ਲੱਗਿਆ ਤੇ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਨੂੰ ਮਾਰ ਦਿੱਤਾ। ਇਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਤੋਂ ਇਸ ਮੁਲਜ਼ਮ ਨੂੰ, ਯਾਨੀ ਕਿ ਜਿਹਨੇ ਕਥਿਤ ਤੌਰ ਤੇ ਆਪਣੇ ਭਰਾ ਨੂੰ ਕਤਲ ਕੀਤਾ, ਉਹਨੂੰ ਗ੍ਰਿਫਤਾਰ ਕੀਤਾ ਗਿਆ, ਹਰਿਆਣੇ ਤੋਂ ਗ੍ਰਿਫਤਾਰ ਹੋਇਆ, ਔਰ ਉਸ ਨੂੰ ਅੱਜ ਰਿਮਾਂਡ ਵਾਸਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਥਿਤ ਤੌਰ ਤੇ ਕਾਤਲ ਦੱਸਿਆ ਜਾ ਰਿਹਾ ਹੈ, ਜਿਹੜਾ ਭਰਾ, ਛੋਟਾ ਭਰਾ ਆ, ਉਹਨੇ ਆਪਣੇ ਵੱਡੇ ਭਰਾ ਦੀ ਲਾਸ਼ ਜਿਹੜੀ ਹੈ ਉਹ ਆਪਣੀ ਭੈਣ ਨੂੰ ਫੋਟੋ ਖਿੱਚ ਕੇ ਦਿਖਾਈ, ਯਾਨੀ ਕਿ ਉਹਨੇ ਆਪਣੀ ਭੈਣ ਨੂੰ ਫੋਨ ਕੀਤਾ, ਉਹਨੂੰ ਦੱਸਿਆ ਕਿ ਮੈਂ ਇਹਦਾ ਕਤਲ ਕਰ ਦਿੱਤਾ। ਜਦੋਂ ਉਹਦੀ ਭੈਣ ਨੇ ਯਕੀਨ ਨਹੀਂ ਕੀਤਾ, ਉਸ ਤੋਂ ਬਾਅਦ ਉਹਨੇ ਇੱਕ ਤਸਵੀਰ ਖਿੱਚੀ ਆਪਣੇ ਸਮਾਰਟਫੋਨ ਤੋਂ ਔਰ ਆਪਣੀ ਭੈਣ ਨੂੰ ਭੇਜੀ, ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਔਰ ਇਹ ਸਾਰਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ। ਖੈਰ, ਕੀ ਕੁਝ ਵਾਪਰਿਆ, ਅਸਲੀਅਤ ਕੀ ਹੈ, ਇਹਦੇ ਪਿਛਲੀ ਅਸਲ ਕਹਾਣੀ ਕੀ ਹੈ, ਆਓ ਸੁਣਦੇ ਹਾਂ। ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ, ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ। ਇਹ ਇੱਕ ਗਲਤ ਫਹਿਮੀ ਦਾ ਹਿੱਸਾ ਹੀ ਹੈ, ਸਾਰਾ ਕੁਝ ਗਲਤ ਫਹਿਮੀ ਦਾ ਹੀ ਹਿੱਸਾ ਹੈ, ਬਾਈ ਚਾਂਸਲੀ ਹੋਇਆ ਸਾਰਾ ਕੁਝ। ਇਹ ਗਲਤ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ, ਪਰ ਬਾਈ ਚਾਂਸਲੀ ਹੋਇਆ। ਇਸ਼ੂ ਕ੍ਰੀਏਟ ਕਿਉਂ ਹੋਇਆ ਜੀ, ਕਿਸ ਇਸ਼ੂ ਵਾਸਤੇ? ਕ੍ਰੀਏਟ ਉਹ ਕੁੜੀ ਕਰਕੇ ਹੀ ਹੋਇਆ, ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ, ਛੋਟੇ ਬ੍ਰਦਰ ਨਾਲ। ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ, ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ, ਬਾਈ ਬ੍ਰਦਰ ਵੱਲੋਂ ਇਹ ਕੁਛ ਹੈਗਾ ਨਹੀਂ ਸੀ, ਉਹਨੇ ਬਹੁਤ ਜ਼ਿਆਦਾ ਸਮਝਾਇਆ, ਪਰ ਉਹਦੇ ਇਹ ਸੀਗੇ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ, ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ ਤਾਂ। ਇਹ ਕਹਿੰਦੇ ਕੋਈ ਸ਼ਰਾਬ ਦੀ ਨਸ਼ਾ ਬਣਿਆ ਦਾ ਕਾਰਨ? ਹਾਂਜੀ, ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ, 3 ਦਿਨਾਂ ਤੋਂ ਸ਼ਰਾਬ ਪੀਂਦਾ ਪਿਆ ਸੀ, ਮੈਂਟਲੀ ਡਿਸਟਰਬ ਹੋਇਆ ਪਿਆ ਸੀ, ਹਾਰਟ ਲਈ ਬ੍ਰੋਕ ਹੋਇਆ ਪਿਆ ਸੀ। ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ, ਕਾਲ ਕੀਤੀਆਂ ਵੀ ਹਾਂ ਵੀ ਤੂੰ ਮੇਰੇ ਨਾਲ ਗੱਲ ਕਰ ਲੈਣੀ ਤਾਂ ਮੈਂ ਮਰ ਜਾਂਗਾ, ਇਹ ਫਲਾਣਾ ਢਿਮਕਾਣਾ, ਬਟ ਉਹਨੇ ਨਹੀਂ ਆਇਆ। ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜ੍ਹੀ ਜਿਹੀ, ਦੋਵੇਂ ਬ੍ਰਦਰ ਸੀ, ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ, ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ, ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ, ਕੋਈ ਧੱਕਾ ਮੁੱਕੀ ਹੋ ਗਈ। ਤੇ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ, ਮਿਤੀ
19/8/1924 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ, ਤੋ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲਵ ਸੀਗੇ ਤੇ ਸ਼ਰਾਬ ਪੀ ਕੇ ਲੜ ਪਏ। ਤੋ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਤੋ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਵ ਫਰਾਰ ਹੋ ਗਿਆ ਸੀ, ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਬ ਸਿਟੀ ਸਰਦਾਰ ਮਨਜੀਤ ਸਿੰਘ ਨੇ ਬੜੀ ਹੀ ਆਪਦੀ ਟੈਕਨੀਕਲ ਅਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ, ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ 'ਚ ਹੈ। ਉੱਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਕਤਲ ਕਰਤਾ। ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ, ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ। ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਵਿੱਚ। ਕੁੜੀ ਦੀ ਆਈਡੈਂਟੀਫਾਈ ਹੋ ਗਈ ਸਰ? ਨਹੀਂ, ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ, ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਾਂਗੇ, ਬੜਾ ਪ੍ਰੀਮੈਚੁਰ ਸਟੇਜ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ, ਹਲੇ ਅਸੀਂ ਉਸਦੀ ਰਿਮਾਂਡ ਲੈ ਰਹੇ ਹਾਂ। ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ। ਬੜਾ ਪ੍ਰੀਮੈਚੁਰ ਸਟੇਜ ਹੈ ਜੀ, ਇਹਦੇ ਤੇ ਇੰਨੀ ਛੇਤੀ ਕਮੈਂਟ ਨਹੀਂ ਕੀਤਾ ਜਾ ਸਕਦਾ। ਇਨਵੈਸਟੀਗੇਸ਼ਨ ਜਾਰੀ ਹੈ, ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ। Subscribe to One India channel and never miss an update.